ਇੱਧਰ ਪਿੱਛੇ ਰੱਖ ਮੈਂ ਡਾਕੂਮੈਂਟਸ ਨੂੰ ਦੇਣੇ ਸੀ ਅਤੇ ਅਸੀਂ ਅਪੁਆਇੰਟਮੈਂਟ ਵੀ ਲੈਣਾ ਸੀ ਕੋਈ ਸਾਈਟ 'ਤੇ ਉਹ ਜਿਹੜਾ ਵੀ
ਫਾਈਲ ਹੈਗੀ ਹੈ, ਪਾਪਾ ਨੇ ਜਿੰਨਾ ਵੀ ਫਾਈਲ ਰੈਡੀ ਕੀਤੀ ਸੀਗੀ ਉਹ ਤੁਸੀਂ ਦੇ ਦਿਓ। ਹਾਂਜੀ ਬਿਲਕੁਲ, ਅਸੀਂ ਤੁਹਾਨੂੰ ਫਾਈਲ ਦਵਾਂਗੇ ਜੀ, ਉਹ ਅੱਗੇ ਜੋ ਜਵਾਬ ਉਹਨਾਂ ਦੇ ਆਏ ਸਨ ਸਰ ਸਾਰੇ ਤੁਹਾਨੂੰ ਅਸੀਂ ਦਵਾਂਗੇ। ਜੋ ਸਰ ਬਤਾ ਰਹੇ ਸੀ ਜੀ ਅਭੀ ਸਰ 44 ਸਰ ਉਹ ਪੁੱਛ ਰਹੇ ਸਰ ਤੇ ਉਸੇ ਫੇਰ ਪਈ ਹੋ। ਨਹੀਂ ਨਹੀਂ ਮੈਂ ਜ਼ਰੂਰ ਮੈਂ ਤੁਹਾਨੂੰ ਸਰ ਦਵਾਂਗੇ ਜੀ। ਇੱਕ ਮੈਂ ਸੁਨਾਮ ਦਾ ਜੰਮਪਲ ਹਾਂ, ਸ਼ਹੀਦ ਆਜ਼ਮ ਕਰਤਾਰ ਸਿੰਘ ਸਰਾਭਾ ਜੀ, ਮਦਨ ਲਾਲ ਢੀਂਗਰਾ ਜੀ, ਲਾਲਾ ਲਾਜਪਤ ਰਾਏ ਜੀ, ਕਿੰਨੀ ਹਰ ਪਿੰਡ ਦੇ ਵਿੱਚ ਔਰ ਜਿਹੜੇ ਮੁੰਡੇ ਹੁਣ ਸ਼ਹੀਦ ਹੋ ਰਹੇ ਨੇ ਬਾਰਡਰ 'ਤੇ, ਦੇਖੋ ਇੱਕ ਸ਼ਹੀਦ ਆਜ਼ਮ ਹੋਈ ਤਾਂ ਆਜ਼ਾਦੀ ਦਵਾਉਣ ਲਈ ਆਪਣੀ ਕੁਰਬਾਨੀ ਦੇ ਗਈ, ਹੁਣ ਆਜ਼ਾਦੀ ਨੂੰ ਸੰਭਾਲਣ ਲਈ ਕੁਰਬਾਨੀਆਂ ਚੱਲ ਰਹੀਆਂ। ਇੱਕ ਕਰੋੜ ਕਰਤਾ ਜੀ ਅਸੀਂ, ਜਦੋਂ ਵੀ ਕੋਈ ਸ਼ਹੀਦ ਚਾਹੇ ਪੁਲਿਸ ਦਾ ਮੁਲਾਜ਼ਮ ਹੈ ਚਾਹੇ ਕੋਈ ਬਾਰਡਰ 'ਤੇ ਪੰਜਾਬ ਦਾ ਸ਼ਹੀਦ ਹੋਊਗਾ, ਰੱਬ ਨਾ ਕਰੇ ਇੱਦਾਂ ਹੋਵੇ, ਪਰ 1 ਕਰੋੜ ਰੁਪਇਆ ਉਹਨਾਂ ਨੂੰ ਅਗਲੇ ਦਿਨ ਆਉਂਦਾ, ਹਾਲਾਂਕਿ ਉਹਦੇ ਨਾਲ ਉਹ ਕੋਈ ਵਾਪਸ ਨਹੀਂ ਆ ਸਕਦੇ, ਪਰ ਘੱਟੋ ਘੱਟ ਫੈਮਿਲੀ ਫਾਈਨੈਂਸ਼ਲੀ ਹੁਣ ਤੱਕ ਤਾਂ ਇਹ ਜੀ ਮਤਲਬ ਸਿਲਾਈ ਮਸ਼ੀਨਾਂ ਦਿੰਦੇ ਰਹੇ, ਸਿਲਾਈ ਮਸ਼ੀਨ ਦੇ ਦਿੱਤੀ ਵਿਧਵਾ ਨੂੰ ਵੀ ਹੁੰਦਾ, ਆਹ 50,000 ਅਨਾਊਂਸ ਕਰਤਾ ਮਿਲਿਆ ਨਹੀਂ ਜੀ, ਬੇਇੱਜ਼ਤੀਆਂ ਹੁੰਦੀਆਂ ਰਹੀਆਂ ਨੇ। ਪਰ ਇਹ ਯੂਥ ਵੀ ਜੀ ਇੱਕ ਬਹੁਤ ਵੱਡੀ ਮੋਟੀਵੇਸ਼ਨ ਹੈ, ਜਿਹੜੇ ਕੰਮ ਤੁਸੀਂ ਕਰ ਰਹੇ ਹੋ ਹੁਣ ਯੂਥ ਜੁੜੂਗਾ, ਇਹ ਯੂਥ ਜੁੜੂਗਾ ਨਾਲ ਬਹੁਤ ਨਾਲ ਚਾਹੁੰਦਾ। ਸੋ ਐਨੀ ਟਾਈਮ ਤੁਸੀਂ ਮੇਰੇ ਨਾਲ ਸੰਪਰਕ ਕਰੋ, ਕੋਈ ਵੀ ਕਿਸੇ ਕਿਸਮ ਦਾ ਸਰਦਾਰ ਜੋਰਾਵਰ ਸਿੰਘ ਜੀ, ਦੂਜੀ ਫੈਮਿਲੀ ਜੋਰਾਵਰ ਸਿੰਘ ਜੀ ਅਤੇ ਨਾਲ ਜਿਹੜੇ ਪਲੀਜ਼ ਮੈਮ।